ਸਾਡੇ ਬਜ਼ੁਰਗ ਨੇ ਸਾਡੇ ਜਿਹੜੇ ਐਲਡਰਸ ਨੇ ਸੀਨੀਅਰਸ ਨੇ ਜਿਹੜੇ ਇੰਡੀਆ ਨੌਕਰੀਆਂ ਕਰਕੇ ਆਏ ਹੋਏ ਨੇ ਉਹਨਾਂ ਨੂੰ ਹਰ ਸਾਲ ਲਾਈਫ ਸਰਟੀਫਿਕੇਟ ਜਿਹੜਾ ਆਪਣਾ ਉਹ ਸਰਕਾਰ ਨੂੰ ਪੇਸ਼ ਕਰਨਾ ਪੈਂਦਾ ਆਪਣੇ ਜ਼ਿੰਦਾ ਰਹਿਣ ਦਾ ਸਬੂਤ ਹਰ ਸਾਲ ਉਹਨਾਂ ਨੂੰ ਸਰਕਾਰ ਨੂੰ ਦੇਣਾ ਪੈਂਦਾ ਤੋ ਬੜੀ ਵੱਡੀ ਗਿਣਤੀ ਹੈ ਉਹਨਾਂ ਲੋਕਾਂ ਦੀ ਜਿਹੜੇ ਹੁਣ ਇੱਥੇ ਕੈਨੇਡਾ 'ਚ ਆ ਕੇ ਸੈਟਲ ਹੋਏ ਨੇ ਉਹਦੇ ਵਾਸਤੇ ਸਾਡਾ ਜਿਹੜਾ ਕੌਂਸਲ ਜਨਰਲ ਆਫ ਟੋਰਾਂਟੋ ਦਾ ਦਫ਼ਤਰ ਹੈ ਉਹਨਾਂ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਹਦੇ ਮੁਤਾਬਕ ਮੈਂ ਦੱਸ ਦੇਵਾਂ ਕਿ 5 ਨਵੰਬਰ ਤੋਂ ਇਹ ਸਿਲਸਿਲਾ ਸ਼ੁਰੂ ਹੋਣ ਜਾ ਰਿਹਾ ਤੋ ਜਿਹੜਾ ਹਿੰਦੂ ਸੈਂਟਰ ਹੈ ਡਾਕਟਰ ਰਾਜ ਪਾਂਡੇ ਹਿੰਦੂ ਸੈਂਟਰ ਅਤੇ ਹਿੰਦੂ ਮੰਦਰ ਇਹ ਹੈ ਵਿਨੀਪੈਗ ਦੇ ਵਿੱਚ 5 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਔਰ ਇਸ ਤਰ੍ਹਾਂ ਹੀ ਫਿਰ ਦੁਬਾਰਾ ਉੱਥੇ ਸਿੱਖ ਸੈਂਟਰ ਵੇ ਦੇ ਉੱਤੇ ਸਾਊਥ ਸਿੱਖ ਸੈਂਟਰ ਹੈ 6 ਨਵੰਬਰ ਨੂੰ ਉੱਥੇ ਵੀ ਅਗਲੇ ਦਿਨ ਸੰਡੇ ਨੂੰ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਗੱਲ ਕਰੀਏ ਆਪਣੇ ਆਲੇ ਦੁਆਲੇ ਜੀ ਟੀ ਏ ਦੀ ਤਾਂ ਸਭ ਤੋਂ ਪਹਿਲਾਂ 5 ਨਵੰਬਰ ਨੂੰ ਸ਼ੁਰੂਆਤ ਇਹਨਾਂ ਦੀ ਟਿੰਬਰ ਲੇਨ ਦੇ ਉੱਤੇ ਜਿਹੜਾ ਗੁਰਦੁਆਰਾ ਨਾਨਕਸਰ ਹੈ ਉੱਥੇ ਵੀ ਸਭ ਤੋਂ ਪਹਿਲਾਂ ਕੈਂਪ ਉੱਥੇ ਲੱਗੇਗਾ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਸੋ ਨੋਟ ਕਰ ਲਓ ਤੁਸੀਂ ਕਿਸ ਇਲਾਕੇ 'ਚ ਰਹਿੰਦੇ ਹੋ ਡਿਪੈਂਡ ਕਰਦਾ ਹੈ ਨਾਨਕਸਰ ਗੁਰਦੁਆਰਾ ਮਿਕਲੋਗ ਰੇਲੋਸ਼ਨ ਦੇ ਲਾਗੇ 5 ਨਵੰਬਰ ਨੂੰ ਸ਼ਨੀਵਾਰ ਨੂੰ 2 ਵਜੇ ਤੋਂ ਲੈ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਔਰ ਇਸ ਤਰ੍ਹਾਂ ਫਿਰ ਗੌਰ ਮੰਦਰ ਜਿਹੜਾ ਹੈ ਉੱਥੇ 6 ਨਵੰਬਰ ਨੂੰ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਤੋ ਗੌਰ ਰੋਡ ਦੇ ਉੱਤੇ ਗੌਰ ਮੰਦਰ ਐਤਵਾਰ 6 ਨਵੰਬਰ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਫਿਰ ਤੋਂ ਦੁਬਾਰਾ ਅਗਲੇ ਹਫ਼ਤੇ ਉਸ ਤੋਂ ਨੈਕਸਟ ਵੀਕ 12 ਨਵੰਬਰ ਨੂੰ ਸ਼ਨੀਵਾਰ ਨੂੰ ਸੂਜ਼ਨ ਫੈਨਲ ਸਪੋਰਟਸ ਕੰਪਲੈਕਸ ਜਿਹੜਾ ਹੈ ਮੈਕਲੋਗ ਰੇਲੋਸ਼ਨ 'ਤੇ ਹੀ ਉੱਥੇ ਵੀ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਤੋ ਮੋਰ ਔਰ ਲੈਸ ਮੈਂ ਦੇਖ ਰਿਹਾ ਐਵਰੀ ਡੇ ਟਾਈਮ ਉਹੀ ਹੈ ਐਵਰੀ ਟਾਈਮ 10 ਤੋਂ 2:30 ਤੋ ਮੈਂ ਫਿਰ ਦੱਸ ਦੇਵਾਂ ਜੀ ਕਿ 12 ਤਾਰੀਖ ਨੂੰ ਨਵੰਬਰ ਨੂੰ ਸ਼ਨੀਵਾਰ ਵਾਲੇ ਦਿਨ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਸੂਜ਼ਨ ਫੈਨਲ ਸਪੋਰਟਸ ਕੰਪਲੈਕਸ ਔਰ ਜੇ ਗੱਲ ਕਰੀਏ ਫਿਰ ਅਗਲੇ ਹਫ਼ਤੇ ਦੀ ਉਸੇ ਹਫ਼ਤੇ ਦੀ 13 ਤਾਰੀਖ ਨੂੰ ਸੰਡੇ ਵਾਲੇ ਦਿਨ ਗੋਲਡਨ ਟ੍ਰੈਂਗਲ ਸਿੱਖ ਐਸੋਸੀਏਸ਼ਨ ਇਹ ਗੁਰਦੁਆਰਾ ਹੈ ਇੱਥੇ 13 ਨਵੰਬਰ ਨੂੰ ਐਤਵਾਰ ਵਾਲੇ ਦਿਨ ਪੀਟਰਸਬਰਗ ਦੇ ਵਿੱਚ ਲੱਗੇਗਾ ਇਹ ਕੈਂਪ ਸੇਮ ਟਾਈਮ ਥੋੜ੍ਹਾ ਜਿਹਾ ਫਰਕ ਹੈ 10:30 ਤੋਂ ਇਹ ਲੱਗੇਗਾ 1 ਵਜੇ ਤੱਕ ਔਰ ਗੁਰਦੁਆਰਾ ਸਿੰਘ ਸਮਾ ਕੈਂਬਰਿਜ ਲੱਗੇਗਾ ਇਹ 13 ਨਵੰਬਰ ਨੂੰ ਐਤਵਾਰ ਵਾਲੇ ਦਿਨ ਇਹ ਲੱਗੇਗਾ ਜੀ ਦੁਪਹਿਰ ਨੂੰ 2 ਵਜੇ ਤੋਂ ਲੈ ਕੇ ਅਤੇ ਫਿਰ 4:30 ਵਜੇ ਤੱਕ ਤੋ ਮੈਂ ਥੋੜ੍ਹਾ ਜਿਹਾ ਦੁਬਾਰਾ ਤੁਹਾਨੂੰ ਦੱਸ ਦੇਵਾਂ ਜੀ ਕਿ ਗੁਰਦੁਆਰਾ ਸਿੰਘ ਸਭਾ ਕੈਂਬਰਿਜ 13 ਨਵੰਬਰ ਐਤਵਾਰ 2 ਵਜੇ ਤੋਂ ਲੈ ਕੇ 4:30 ਵਜੇ ਤੱਕ ਦੁਬਾਰਾ ਤੋਂ ਲੱਗੇਗਾ ਗੁਰਦੁਆਰਾ ਨਾਨਕਸਰ ਟਿੰਬਰ ਲੇਨ ਦੇ ਉੱਤੇ ਜਿਹੜਾ ਹੈ 19 ਨਵੰਬਰ ਨੂੰ ਇੱਕ ਵਾਰੀ ਫਿਰ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਔਰ ਹਿੰਦੂ ਹੈਰੀਟੇਜ ਸੈਂਟਰ ਜਿਹੜਾ ਮਿਸਾਗਾ ਬੜਾ ਮਸ਼ਹੂਰ ਮੰਦਰ ਹੈ ਉੱਥੇ ਐਤਵਾਰ ਨੂੰ 20 ਨਵੰਬਰ ਨੂੰ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਸਕਾਰਬਰੋ ਲਕਸ਼ਮੀ ਨਾਰਾਇਣ ਮੰਦਰ ਉੱਥੇ ਲੱਗਣ ਜਾ ਰਿਹਾ ਹੈ 26 ਨਵੰਬਰ ਨੂੰ ਸ਼ਨੀਵਾਰ ਨੂੰ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਹਿੰਦੂ ਹੈਰੀਟੇਜ ਸੈਂਟਰ ਦੁਬਾਰਾ ਤੋਂ ਲੱਗੇਗਾ 27 ਨਵੰਬਰ ਐਤਵਾਰ ਵਾਲੇ ਦਿਨ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਔਰ ਸਿੱਖ ਹੈਰੀਟੇਜ ਸੈਂਟਰ ਜਿਹੜਾ ਮੇਫੀਲਡ ਗੁਰਦੁਆਰਾ ਹੈ ਏਅਰਪੋਰਟ ਮੇਫੀਲਡ ਦੇ ਉੱਤੇ ਉੱਥੇ ਲੱਗੇਗਾ ਫਿਰ 27 ਤਾਰੀਖ ਨੂੰ ਹੀ ਐਤਵਾਰ ਵਾਲੇ ਦਿਨ 10:30 ਵਜੇ ਤੋਂ ਲੈ ਕੇ ਅਤੇ 2 ਵਜੇ ਤੱਕ ਇਹ ਸਾਡੇ ਕੋਲ ਤਾਜ਼ਾ ਜਾਣਕਾਰੀ ਜੋ ਭੇਜੀ ਗਈ ਹੈ ਕੌਂਸਲ ਜਨਰਲ ਦੇ ਅਧਿਕਾਰੀਆਂ ਵੱਲੋਂ ਇਹ ਹੈ ਉਹ ਜਾਣਕਾਰੀ ਤੋ ਤੁਹਾਨੂੰ ਅਸੀਂ ਸਾਰੀ ਜਾਣਕਾਰੀ ਜਿਹੜੀ ਹੈ ਦੇ ਰਹੇ ਹਾਂ ਲਗਾਤਾਰ ਤਾਂ ਕਿ ਤੁਹਾਨੂੰ ਤੁਸੀਂ ਬਾਅਦ 'ਚ ਬਹੁਤ ਸਾਰੀਆਂ ਤੁਹਾਨੂੰ ਤੁਹਾਡੀਆਂ ਫੋਨ ਕਾਲਸ ਅਕਸਰ ਆਉਂਦੀਆਂ ਤੁਸੀਂ ਅਕਸਰ ਪੁੱਛਦੇ ਹੋ ਜੀ ਹੁਣ ਕਿੱਥੇ ਕੈਂਪ ਲੱਗ ਰਿਹਾ ਹੈ ਤੋ ਪਲੀਜ਼ ਇਸਨੂੰ ਨੋਟ ਕਰਕੇ ਰੱਖੋ ਮੈਂ ਇੱਕ ਵਾਰ ਫਿਰ ਦੱਸ ਦੇਵਾਂ ਕਿ ਅਸੀਂ ਟੈਲੀਵਿਜ਼ਨ ਉੱਤੇ ਵੀ ਦਿਖਾ ਰਹੇ ਹਾਂ ਇਹ ਸਾਰੀ ਜਾਣਕਾਰੀ ਰੇਡੀਓ 'ਤੇ ਮੈਂ ਦੇ ਚੁੱਕਾਂ ਔਰ ਅਸੀਂ ਅਖਬਾਰ ਦੇ ਵਿੱਚ ਅੱਜ ਪ੍ਰਿੰਟ ਕਰ ਦਿਆਂਗੇ ਆਉਣ ਵਾਲੇ ਹਫ਼ਤਿਆਂ 'ਚ ਵੀ ਪ੍ਰਿੰਟ ਕਰਾਂਗੇ ਤਾਂ ਕਿ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚ ਸਕੇ